ਜਦੋਂ ਮੈਨੂੰ ਭੁੱਖ ਲੱਗੀ ਹੁੰਦੀ ਆ ਤਾਂ ਮੇਰਾ ਹੁੰਦਾ ਦਿਮਾਗ ਖਰਾਬ ਤੈਨੂੰ ਨਾ ਚਿੜ 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 ਕਰਨ ਲੱਗ ਹੈਪੀ ਬਰਥਡੇ ਟੂ ਮੰਮੀ ਤੈਨੂੰ ਵੀ ਸਭ ਤੋਂ ਬੈਸਟ ਕੀ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਇਸ ਸਾਜਨ ਨੇ ਵਧੀਆ ਹੋ ਗਏ ਘੈਂਟ ਹੋ ਗਏ ਤੇ ਚੜ੍ਹੀ ਕਲਾ ਜੋ ਜਿੰਨੀ ਉੱਚੀ ਸਾਡੀ ਆਵਾਜ਼ ਹੈ ਓਨੀ ਜ਼ਿਆਦਾ ਅਸੀਂ ਟਾਇਰਡ ਆ ਬਟ ਅੱਜ ਬਹੁਤ ਜ਼ਰੂਰੀ ਕੰਮ ਕਰਨ ਵਾਲਾ ਤਾਂ ਅਸੀਂ ਸੇਮ ਐਨਰਜੀ ਚਾਹੀਏ ਤਾਂ ਜੇ ਹੁਣੇ ਆਏ ਨੇ ਜਸਟ ਆਫਿਸ ਤੋਂ ਟਾਈਮ ਹੋ ਗਿਆ 7:41 ਜਸਟ ਇਮੇਜਿਨ ਯਾਰ ਦੋਸਤੋ ਕਿ ਪਹਿਲਾ ਬ੍ਰਦਰ ਦਾ ਬਰਥਡੇ ਅੱਜ ਮੰਮਾ ਦਾ ਜਨਮ ਅੱਜ ਹੈ ਮੰਮਾ ਦਾ ਬਰਥਡੇ ਜਸਟ ਇਮੇਜਿਨ ਮੈਨੂੰ ਲੱਗਾ ਕੰਮ ਤਾਂ ਕਹਿ ਰਹੇ ਹੋ 7:41 ਤੇ ਜਾਂਦੀ ਹੁਣ ਆਏ ਮੈਂ ਇਹ ਕਹਿਣ ਲੱਗਿਆ ਸੀ ਕਿ ਟਾਈਮ ਹੁੰਦਾ ਸੀਗਾ ਕਿ ਬਰਥਡੇਆਂ ਤੇ ਅਸੀਂ ਪਹਿਲਾਂ ਹੀ ਅਵੇਲੇਬਲ ਹੁੰਦੇ ਸੀ ਹੁਣ ਸਾਡੇ ਕੋਲ ਟਾਈਮ ਦੇਖੋ ਤੁਸੀਂ ਯਾਰ ਆਹ ਟਾਈਮ ਜਾ ਰਿਹਾ ਅਸੀਂ ਇੰਨੇ ਬੈਕ ਟੂ ਬੈਕ ਹੋ ਚੁੱਕੇ ਹਾਂ ਕਿ ਹਜੇ ਤੱਕ ਅਸੀਂ ਗਿਫਟ ਵੀ ਨਹੀਂ ਲਿੱਤਾ ਅਸੀਂ ਇੰਨੇ ਬੈਕ ਟੂ ਬੈਕ ਬਿਜ਼ੀ ਹੋ ਚੁੱਕੇ ਹਾਂ ਮਨੀਸ਼ ਭਾਜੀ ਤੁਸੀਂ ਵਿੱਚੋਂ ਸ਼ਬਦ ਖਾ ਰਹੇ ਹੋ ਜੀ ਮੈਂ ਥੱਕੀ ਹੋਈ ਹਾਂ ਨਾ ਇਸ ਚੱਕਰ ਵਿੱਚ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਸੀਗੇ ਕਿ ਇਸ ਟਾਈਮ ਅਸੀਂ ਨਾ ਗਿਫਟ ਨਾ ਕੋਈ ਪਲੈਨਿੰਗ ਨਾ ਕੁਛ ਪਰ ਮੰਮਾ ਕਹਿੰਦੇ ਮੰਮਾ ਨੇ ਪਹਿਲੇ ਫੋਨ ਕਰਕੇ ਗੱਲ ਕਰਦਾ ਕੇਕ ਨਾਲ ਲੈ ਕੇ ਆਇਓ ਤੋ ਸ਼ਨਵੀ ਜੀ ਲੈ ਕਿਉਂਕਿ ਸ਼ਨ ਲੈ ਕੇ ਆ ਚੁੱਕੇ ਤਾਂ ਮੰਮਾ ਕਹਿੰਦੇ ਘਰ ਅੱਧੇ ਪਏ ਵੇਸਟ ਨਾ ਕਰਿਓ ਫਿਰ ਉਹ ਵੀ ਸਾਡਾ ਪੁਆਇੰਟ ਕੱਟ ਹੋ ਗਿਆ ਕਿ ਚਲੋ ਕੇਕ ਤਾਂ ਨਹੀਂ ਲੈ ਕੇ ਜਾਣਾ ਫਿਰ ਹੁਣ ਸਾਡੇ ਦਿਮਾਗ 'ਚ ਗਿਫਟ ਹੀ ਨਹੀਂ ਆ ਰਿਹਾ ਬਟ ਹੁਣ ਅਸੀਂ ਸੋਚਿਆ ਕਿ ਜੋ ਕੁੜੀਆਂ ਦਾ ਸੇਫੈਸਟ ਆਪਸ਼ਨ ਹੋ ਗਿਆ ਤੁਸੀਂ ਸਾਰਿਆਂ ਨੇ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਜੀ ਕਿਹੜੀ ਬੇਸਿਕ ਚੀਜ਼ ਆ ਜਿਹੜੀ ਪਤਾ ਹੈ ਮਤਲਬ ਥੋੜੀ ਦੇਰ ਤੱਕ ਤੁਹਾਨੂੰ ਦਿਖਾਈ ਦੇਣਾ ਪਰ ਤੁਸੀਂ ਨਾ ਇਸ ਟਾਈਮ ਸੋਚੋ ਕਿ ਇਹਦਾ ਕੀ ਹੈ ਜੋ ਬੰਦਾ ਸੋਚਦਾ ਕਿ ਯਾਰ ਅਗਰ ਇੱਕ ਲੇਡੀਜ਼ ਨੂੰ ਦੇਣਾ ਇਹ ਦੇ ਦੋ ਚਲ ਇਹ ਤਾਂ ਪਸੰਦ ਆ ਹੀ ਜਾਏਗਾ ਆ ਹੀ ਜਾਣਾ ਤੇ ਇਹ ਜਿਹੜੇ ਜਾਂਜੀ ਨੇ ਮੈਨੂੰ ਥਾਈਲੈਂਡ ਤੋਂ ਜਾਂਜੀ ਸਪੈਸ਼ਲੀ ਸ਼ਾਪਿੰਗ ਕਰਕੇ ਲੈ ਕੇ ਆਏ ਨੇ ਸਰ ਇਹ ਜੋ ਮੈਂ ਡਰੈਸ ਪਾਈ ਹੋਈ ਹੈ ਇਹ ਜਾਂਜੀ ਲੈ ਕੇ ਆਏ ਨਹੀਂ ਤੇ ਪਹਿਲੀ ਵਾਰ ਇਦਾਂ ਦਾ ਹੋਇਆ ਕਿ ਜਾਂਜੀ ਕੱਪੜੇ ਲੈ ਕੇ ਆਏ ਮੈਂ ਤੇ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਤੁਸੀਂ ਹੋਰ ਲੈ ਕੇ ਆਓ ਮੈਂ ਆਪਣੀ ਵਾਈਫ ਦੇ ਕਹਿੰਦੇ ਹੁੰਦੇ ਨੇ ਉਹ ਇਹ ਗਿਫਟਿੰਗ ਨੇਚਰ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਸੋਚਿਆ ਕਿ ਯਾਰ ਮੈਨੂੰ ਵੀ ਜਦੋਂ ਮੈਂ ਕਿਤੇ ਬਾਹਰ ਗਿਆ ਤਾਂ ਮੈਨੂੰ ਵੀ ਕੁਛ ਨਾ ਕੁਛ ਲੈ ਕੇ ਆਉਣਾ ਚਾਹੀਦਾ ਜਾਂਜੀ ਲੈ ਕੇ ਆਏ ਨਾ ਮੈਂ ਕਿਹਾ ਜਾਂਜੀ ਤੇ ਹੋਰ ਕਿਉਂ ਲੈ ਕੇ ਆਏ ਜਾਂਜੀ ਕਹਿੰਦੇ ਮੈਨੂੰ ਤਾਂ ਇਦਾਂ ਸੀਗਾ ਕਿ ਤੂੰ ਕਹੇਂਗੀ ਇਹ ਵੀ ਕਿਉਂ ਲੈ ਕੇ ਆਏ ਹੋ ਤਾਂ ਮੈਂ ਪਾਣੇ ਨਹੀਂ ਬਟ ਇਸ ਵਾਰ ਜਾਂਜੀ ਅੱਛੀ ਸ਼ਾਪਿੰਗ ਕਰਕੇ ਆਏ ਸੋ ਅੱਜ ਮੈਂ ਇਹ ਪਾ ਲਿਆ ਮੈਂ ਕਿਹਾ ਡਿਨਰ ਨਹੀਂ ਜਾਣਾ ਯਾ ਡੇ ਬਾਈ ਡੇ ਈਅਰ ਬਾਈ ਈਅਰ ਮੰਥ ਬਾਈ ਮੰਥ ਬਹੁਤ ਇੰਪਰੂਵ ਕਰ ਰਹੇ ਯਾਰ ਹੁਣੀ ਇੰਪਰੂਵ ਹੋ ਰਹੇ ਨੇ ਯੈਸ ਤਾਂ ਹੁਣ ਅਸੀਂ ਜਾਵਾਂਗੇ ਜੀ ਪਹਿਲਾਂ ਮਾਰਕੀਟ ਫਟਾਫਟ ਪਰਚੇਸ ਕਰਾਂਗੇ ਮੰਮਾ ਲਈ ਗਿਫਟ ਇਹ ਤਰ੍ਹਾਂ ਆਪਾਂ ਪਹੁੰਚ ਗਏ ਆ ਸਭ ਫੇਜ਼ ਦੀ ਮਾਰਕੀਟ ਤੇ ਇੱਥੇ ਸਾਨੂੰ ਮਿਲਣਾ ਜੋ ਵੀ ਮਿਲਣਾ ਹੈ ਸੋ ਫਿਲਹਾਲ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਜੀ ਜੋ ਸਭ ਨੂੰ ਪਸੰਦ ਆਉਂਦੀ ਹੈ ਚੀਜ਼ ਆਪਾਂ ਨੂੰ ਉਹੀ ਦੇਖਣਾ ਆ ਬੇਸਿਕਲੀ ਆਪਾਂ ਸੂਟ ਦੇਖਣਾ ਹੈ ਮੰਮਾ ਵਾਸਤੇ ਹੁਣ ਸ਼ਾਮ ਮੈਨੂੰ ਵੀ ਸ਼ਾਮ ਦੇ ਜਾਣਾ ਕਲਰ ਕਾ ਫਰਕ ਹੈ ਇਹ ਵੀ ਅੱਛਾ ਅੱਛਾ ਹੈ ਕਲਰ ਇਹ ਵੀ ਅੱਛਾ ਯਾਰ ਹੁਣ ਮੈਨੂੰ ਦੱਸ ਇਹ ਵੀ ਦੇਖੀ ਜਾਓ ਮਨੀਸ਼ ਘਰ ਦੇਖੀ ਜਾਓ ਅੱਛਾ ਹੈਗੇ ਨੇ ਨਾ ਬਟ ਠੀਕ ਹੈ ਬਲੂ ਲੈ ਜਾ ਫਿਰ ਹਾਂ ਸੋਹਣਾ ਹੈ ਆ ਜਾ ਉੱਠ ਆਪਣੀ ਫੇਵਰੇਟ ਜਗ੍ਹਾ ਤੇ ਆਏ ਆਪਾਂ ਨੇ ਸ਼ੋਪਿੰਗ ਕਰ ਲਈ 10-15 ਮਿੰਟ ਦੇ ਵਿੱਚ ਵਿੱਚ ਆਪਾਂ ਨੇ ਸ਼ੋਪਿੰਗ ਡਨ ਕਰ ਲਈ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਜੀ ਜਦੋਂ ਇੱਥੇ ਆਉਂਦੇ ਅਸੀਂ ਤਾਂ ਬਿਨਾਂ ਖਾਧੇ ਤਾਂ ਜਾਂਦੇ ਨਹੀਂ ਹੈਗੇ ਕਿਉਂਕਿ ਉਹ ਆਪਣਾ ਦੋਸਤ ਵੀ ਹੈ ਕਿਉਂਕਿ ਉਹ ਆਪਣਾ ਦੋਸਤ ਵੀ ਹੈ ਘੰਟੇ ਦਾ ਸਫ਼ਰ ਹੈ ਅਤੇ ਜਾ ਕੇ ਵੀ ਅਸੀਂ ਖਾਣਾ ਹੀ ਆ ਤਾਂ ਐਟਲੀਸਟ ਜਾਂਦੇ ਜਾਂਦੇ ਅਸੀਂ ਖੁਸ਼ੀ ਖੁਸ਼ੀ ਜਾਈਏ ਕਿਉਂਕਿ ਜਦੋਂ ਮੈਨੂੰ ਭੁੱਖ ਲੱਗੀ ਹੁੰਦੀ ਆ ਜਦੋਂ ਮੈਨੂੰ ਭੁੱਖ ਲੱਗੀ ਹੁੰਦੀ ਆ ਤਾਂ ਮੇਰਾ ਹੁੰਦਾ ਦਿਮਾਗ ਖਰਾਬ ਤਾਂ ਮੈਂ ਇਹਦਾ ਵੀ ਨਾਲ ਕਰ ਦਿੰਦਾ ਸੈਂਜੀ ਨਾ ਚਿੜ 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 ਕਰਨ ਲੱਗ ਪੈਂਦੇ ਆ ਅੱਜ ਦੁਕਾਨ ਦੇ ਤਾਰੇ ਬੰਦੇ ਨੇ ਕਿ ਜਿਨ੍ਹਾਂ ਨੂੰ ਜਦੋਂ ਭੁੱਖ ਲੱਗੀ ਹੁੰਦੀ ਆ ਨਾ ਉਹ ਆਲਾ ਦੁਆਲਾ ਸਭ ਛੱਡ ਕੇ ਚੀ 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 ਕਰਨਾ ਸ਼ੁਰੂ ਕਰ ਦਿੰਦੇ ਨੇ ਮਤਲਬ ਜਨਪੀਤ ਵਰਗੇ ਕਿਹੜੇ ਨੇ ਜਿਹੜੇ ਭੁੱਖ ਨੂੰ ਸਹਾਰਦੇ ਨੇ ਜੋ ਦੂਜਿਆਂ ਨੂੰ ਡੰਗ ਦਿੰਦੇ ਨੇ ਜਿਹੜੇ ਭੁੱਖ ਨੂੰ ਸਹਾਰਦੇ ਨਹੀਂ ਹੈਗੇ ਤੇ ਮਨਵੀਤ ਵਰਗੇ ਕਿਹੜੇ ਭੁੱਖ ਨੂੰ ਸਹਾਰ ਲੈਂਦੇ ਨੇ ਸੱਚੀ ਗੱਲ ਇਹ ਹੈ ਕਿ ਅਸੀਂ ਦੋਨੋਂ ਇਸ ਮਾਮਲੇ 'ਚ ਇੱਕੋ ਜਿਹੇ ਹੀ ਆ ਵੈਸੇ ਕਿਉਂਕਿ ਨਾ ਜਦੋਂ ਭੁੱਖ ਲੱਗੀ ਹੁੰਦੀ ਨਾ ਬੰਦੇ ਨੂੰ ਉਦੋਂ ਬੰਦੇ ਦਾ ਸਿਰਫ ਢਿੱਡ ਕੰਮ ਕਰ ਰਿਹਾ ਹੁੰਦਾ ਨਾ ਦਿਮਾਗ ਨਾ ਮੂੰਹ ਨਾ ਦਿਲ ਸਿਰਫ ਢਿੱਡ ਕੰਮ ਕਰ ਰਿਹਾ ਹੁਣ ਲੱਗਦਾ ਘੈਂਟ ਬਣ ਗਈ ਗੱਲ ਉਹ ਬਾਈ ਮੈਂ ਤਾਂ ਰਿਲੈਕਸ ਹੋ ਕੇ ਵੀਰੇ ਅੱਛਾ ਆਪਾਂ ਰਿਲੈਕਸ ਹੋ ਕੇ ਆ ਲੈ ਤੁਸੀਂ ਲੈ ਕੇ ਆਇਓ ਆ ਜਾਓ ਜਲਦੀ ਵੀ ਜਲਦੀ ਵੇਟਿੰਗ ਪਲੀਜ਼ ਕਮ ਹਾਂਜੀ ਬੈਠੋ ਪਲੀਜ਼ ਬੈਠੋ ਜਾਨਜੀ ਤਾਂ ਪਾਪਾ ਸਪੈਸ਼ਲੀ ਚੇਂਜ ਕਰਕੇ ਆਏ ਘਰ ਤੇ ਮੈਂ ਤਾਂ ਰਿਲੈਕਸ ਹੋ ਕੇ ਬੈਠਣਾ ਸੀ ਸਗੋ ਕਿ ਸਾਨੂੰ ਪੁੱਠਾ ਲੱਗਿਆ ਅਸੀਂ ਤੁਸੀਂ ਨਾਰਮਲੀ ਹੋਵੋਗੇ ਜਿਵੇਂ ਸ਼ਰਨਵੀਰ ਜੀ ਰੈਗੂਲਰ ਹੁੰਦੇ ਆ ਹਾਂ ਅੱਜ ਇਹ ਪੱਗ ਬੰਨੀ ਫਿਰਦਾ ਉਹਦਾ ਹਰ ਟਾਈਮ ਤੂੰ ਪਰਨੇ ਚੋਣਾ ਸ਼ਰਨਵੀਰ ਜੀ ਲੈ ਕੇ ਜਾ ਰਹੇ ਸਨ ਇੱਕ ਨਵੀਂ ਜਗ੍ਹਾ ਤੇ ਇਹ ਸ਼ਰਨਵੀਰ ਜੀ ਸਹੀ ਪ੍ਰੋਫਾਈਲ ਦਿੰਦੇ ਆ ਤੇ ਮੰਮਾ ਸਾਡੇ ਸੋਹਣੇ ਸੋਹਣੇ ਬਣ ਗਏ ਦੋਨੋਂ ਮੈਚਿੰਗ ਕਰਕੇ ਆ ਜਾਣਗੇ ਸਾਡੇ ਕੋਲ ਜ਼ਰੂਰੀ ਹੋ ਜਾਂਦੀ
ਕੁਦਰਤੀ ਮੈਚਿੰਗ ਹੋ ਜਾਂਦੀ ਹੈ। ਮੰਮਾ ਤਾਂ ਐਂ ਚਮਕ ਰਿਹਾ ਜੀ, ਮੰਮਾ ਇੱਕ ਸਾਲ ਹੋਰ ਜਵਾਨ ਹੋ ਗਏ ਨੇ, ਪਤਾ ਨਹੀਂ ਕੀ ਲਾਉਣੇ ਹੈ ਨਾ, ਚਮਕਾ ਮਾਰ ਰਹੇ ਨੇ, ਕੁਝ ਨਹੀਂ ਲਾਇਆ ਬਸ ਕਰਵਾ। ਪਾਰਟੀ ਹੈ ਉਰੇ, ਮਤਲਬ ਪਾਰਟੀ ਨਹੀਂ, ਇਹ ਤਾਂ ਜਗ੍ਹਾ ਬਹੁਤ ਦੀ ਹੈ ਯਾਰ। ਸ਼ਾਨ ਜਹਾਨ ਰੈਸਟੋਰੈਂਟ ਇੱਕ ਕੋ ਹੈ ਤਾਂ ਆਮ ਖਾਸ ਬਾਤ ਆਮ ਖਾਸ ਬਾਤ ਕਰਦਾ ਮੈਂ ਕਹਿੰਦਾ ਤੇ ਮੈਂ ਕਹਿੰਦਾ ਨਹੀਂ ਕਾਤਲ ਮੋਣਾ ਸਾਹਮਣੇ ਤਾਂ ਹੈ ਰੜੀ ਇਸ ਪਰ ਲੋਕੇਸ਼ਨ ਫਿਲਹਾਲ ਤਾਂ ਇਹ ਤਾਂ ਪਤਾ ਹੀ ਨਹੀਂ ਸੀ ਵੀ ਸ਼ਾਨ ਜਹਾਨ ਸਰਹੰਦ ਚ ਹੈ। ਸਭ ਤੋਂ ਪਹਿਲਾਂ ਆਰਡਰ ਕਰਿਆ, ਇਹ ਨਾਮ ਕੀ ਹੈ ਮਨਵੀ ਕੌਰ ਜੀ? ਕਰੀਮ ਮਸ਼ਰੂਮ ਸੂਪ। ਹਾਂ ਤੇ ਇਹ ਤਾਲੂਮੀਆ, ਤਾਲੂਮੀਆ ਐਂਡ ਕਰੀਮ ਮਸ਼ਰੂਮ ਨਿਸ਼ਾਨੇ, ਸੂਪ ਵਾਲੀ ਗੱਲ ਤਾਂ ਬਣ ਗਈ, ਸਾਰੀ ਗੱਲਾਂ ਬਣ ਜਾਣੀਆਂ। ਓ ਮਾਈ ਗਾਡ, ਸ਼ਾਨੇ ਦੀਆਂ ਸਾਰੀਆਂ ਚੀਜ਼ਾਂ ਪਾਸ ਹੋ ਰਹੀਆਂ। ਪਹਿਲਾਂ ਮੰਗਾਇਆ ਆ ਸ਼ਾਨੇ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ ਸਪਿਨਚ ਕੌਰਨ ਰੋਲ, ਸਵੀਟ ਸਪਿਨਚ ਕੌਰਨ ਰੋਲ। ਉਸ ਤੋਂ ਬਾਅਦ ਮੰਗਾਇਆ ਜੀ ਚੀਜ਼ ਚਿੱਲੀ ਸਪਿਨਚ ਕੌਰਨ ਰੋਲ, ਇਹਨੂੰ ਜ਼ਿਆਦਾ ਹਾਸਾ ਰਿਹਾ ਟਿੱਡੀ। ਸੋ ਦੋਨੇ ਚੀਜ਼ਾਂ ਪਾਸ ਆ ਸ਼ਾਨੇ, ਨਾਈਸ। ਹੈਪੀ ਬਰਥਡੇ ਟੂ ਮੋਮੀ, ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਮੋਮੀ, ਹੈਪੀ ਬਰਥਡੇ ਟੂ ਯੂ। ਯੇ ਲੇਡੀਜ਼ ਐਂਡ ਜੈਂਟਲਮੈਨਸ, ਹੇਅਰ ਕਮਸ ਮੋਮੀਜ਼ ਬਰਥਡੇ। ਡੈਡੀ ਜੀ ਪਹਿਲਾਂ ਤੁਸੀਂ, ਕੌਣ ਕਿਹਨੂੰ ਖੜਾਊਗਾ? ਮੰਮਾ ਘਬਰਾਉਂਦੇ ਹੋ ਕਿ ਸੂਟ ਨਾ ਖਰਾਬ ਹੋ ਜਾਏ ਯਾਰ। ਨਹੀਂ ਪ੍ਰਾਈਸ ਠੀਕ ਹੈ, ਨਹੀਂ ਐਕਸਲੈਂਟ ਹੈ ਯਾਰ ਮਨਵੀ ਕੌਰ, ਐਕਸਲੈਂਟ ਬਣਦਾ ਮੇਰੇ ਹਿਸਾਬ ਨਾਲ, ਤਾਂ ਪਹਿਲਾ ਪਹਿਲੀ ਵਾਰ ਆ, ਅੱਛਾ ਰਿਹਾ ਯਾਰ ਸਾਰਾ ਕੁਝ, ਬਸ ਮੈਂ ਕਲੀਨਨੈਸ ਚ ਗੁੱਡ ਸੀ। ਓਕੇ ਬਾਕੀ ਸਾਰੇ ਐਕਸਲੈਂਟ ਹਨ। ਵਾਟ ਡਿਡ ਯੂ ਲਾਈਕ ਦ ਮੋਸਟ, ਸਭ ਤੋਂ ਵਧੀਆ ਕੀ ਲੱਗਿਆ? ਕੀ ਲੱਗਿਆ ਵੀ ਸਭ ਤੋਂ ਵਧੀਆ ਡੈਡੀ ਜੀ, ਤੁਸੀਂ ਦੱਸੋ ਪਹਿਲਾਂ। ਸਪਰਿੰਗ ਰੇਅਰ ਬਣਾਇਆ ਤੇ ਸਪਰਿੰਗ ਰੋਲ, ਸਪਿਨਚ ਕੌਰਨ ਰੋਲ। ਹਾਂ ਡੈਡੀ ਤੁਸੀਂ, ਮੈਨੂੰ ਤਾਂ ਸਾਰੀਆਂ ਆਈਟਮਾਂ ਅੱਛੀਆਂ ਲੱਗੀਆਂ। ਮਿਕਸਿੰਗ ਡੈਡੀ ਤੁਸੀਂ, ਤੁਸੀਂ ਮੰਮੀ ਸਾਰਾ ਕੁਝ, ਤੈਨੂੰ ਬਈ ਸਭ ਤੋਂ ਬੈਸਟ ਕੀ ਲੱਗਿਆ? ਹੋਪਲੈਸ ਗੱਲ ਕਰੀ ਹੈ, ਵਾਪਸ ਦੇ ਦੋ ਮੇਰਾ ਕੰਪਲੀਮੈਂਟ ਕੀ ਵਧੀਆ ਲੱਗ ਰਿਹਾ ਤੁਸੀਂ, ਵਾਪਸ ਦੇ ਦੋ। ਸੌਂਫ ਤੇ ਆ ਕੇ ਖੜ ਗਿਆ ਤੂੰ, ਬਾ ਠੀਕ ਹੈ ਚੱਲ, ਇਹਦੀ ਸੌਂਫ ਤੇ ਗੱਲ ਹੁਣ ਨਹੀਂ। ਤੁਹਾਨੂੰ ਕੋਈ ਫਰਕ ਲੱਗ ਰਿਹਾ ਐਵੇਂ ਕਹੀ ਜਾਂਦੇ ਤੁਸੀਂ? ਹਾਈਟ ਦਾ ਪਾਪਾ ਇਹ ਪ੍ਰੂਫ ਕਰ ਰਹੇ ਕਿ ਮੈਂ ਬੋਣੀ ਨਹੀਂ ਆ ਨਾ, ਤੋ 19 ਜਾਂ ਬਰਾਬਰ ਹੈ ਹਾਰੇ। ਮਨੀਰ ਤੂੰ ਜ਼ਿਆਦਾ ਹੀ ਲੰਬੇ ਹੋ, ਵੈਸੇ ਇੰਨਾ ਵੀ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਆ ਜੁੱਤੀ ਕਰਕੇ ਹੋ ਗਿਆ ਹੋਣਾ। ਤੁਸੀਂ ਵੱਡੇ ਬੂਟ ਪਾ ਲਿਆ ਕਰੋ। ਹਾਂ ਪਾਪਾ ਰੱਖ ਦੋ ਹੁਣ, ਇਸ ਤੋਂ ਪਹਿਲਾਂ ਪਿਘਲ ਜੇ। ਪਾਪਾ ਪਹੁੰਚ ਗਏ ਜੀ ਘਰ, ਟਾਈਮ ਹੋ ਚੁੱਕਾ ਹੈ 11:30। ਬਾਅਦ ਚ ਬੋਲੀ ਚੱਲਣ ਦਾ ਚੀਨੀ ਗੱਲ ਹੈ ਫਿਰ, ਸੋ ਦਿਨ ਹੋ ਗਿਆ ਜੀ ਖਤਮ। ਮੰਮਾ ਦਾ ਬਰਥਡੇ ਇੱਕ ਦਿਨ ਲੇਟ ਮੰਨਿਆ, ਬਟ ਬੜਾ ਅੱਛਾ ਮੰਨਿਆ, ਤੇ ਜਿੱਥੇ ਅਸੀਂ ਗਏ ਸੀ ਜਗ੍ਹਾ ਵੀ ਬਹੁਤ ਅੱਛੀ ਸੀ, ਖਾਣਾ ਵੀ ਬਹੁਤ ਅੱਛਾ ਹੋਇਆ, ਤੇ ਮੰਮਾ ਨੂੰ ਸਾਡੇ ਹਿਸਾਬ ਨਾਲ ਦੋਨੋਂ ਸੂਟਸ ਵੀ ਪਸੰਦ ਆ ਗਏ ਨੇ। ਸੋ ਆਲ ਇਨ ਆਲ ਬਹੁਤ ਵਧੀਆ ਰਿਹਾ ਦਿਨ, ਟਾਈਮ ਵੱਧ ਚੁੱਕਿਆ 12,
ਤੇ ਹੁਣ ਕੱਲ ਸਾਡੀ ਫਾਈਨਲੀ ਛੁੱਟੀ ਹੈ, ਇਹਦਾ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ, ਤਾਂ ਕੱਲ ਸਰ ਅਸੀਂ ਆਰਾਮ ਨਾਲ ਉੱਠਾਂਗੇ। ਇਸ ਤੋਂ ਪਹਿਲਾਂ ਕਰੀਏ ਜੀ ਅੱਜ ਦੇ ਵਲੌਗ ਦਾ ਐਂਡ। ਅੱਜ ਦਾ ਹੁਕਮਨਾਮਾ ਸਾਹਿਬ ਸੀ ਜੀ ਕਿ ਗੁਰੂ ਨੂੰ ਮਿਲ ਕੇ ਇਨਸਾਨ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਜਿਹੜਾ ਅਪਾਹਿਜ ਮਨੁੱਖ ਹੁੰਦਾ ਉਹ ਪਰਬਤ ਪਾਰ ਕਰ ਜਾਂਦਾ, ਜਿਹੜਾ ਮਹਾਂਮੂਰਖ ਮਨੁੱਖ ਹੁੰਦਾ ਉਹ ਬਹੁਤ ਸਮਝਦਾਰ ਬੰਦਿਆਂ ਵਾਂਗ ਵਖਿਆਣ ਕਰਨਾ ਸ਼ੁਰੂ ਕਰ ਦਿੰਦਾ, ਜਿਹੜਾ ਅੰਨਾ ਹੁੰਦਾ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਆ ਜਾਂਦੀ ਹੈ, ਮਤਲਬ ਰੱਬ ਜੀ ਦੇ ਨਾਮ ਵਿੱਚ ਇੰਨੀ ਤਾਕਤ ਹੈ। ਉਹ ਕਹਿੰਦੇ ਰੱਬ ਜੀ ਦੇ ਸੰਗਤ ਵਿੱਚ ਬੈਠ ਕੇ ਰੱਬ ਜੀ ਦੀ ਵਡਿਆਈ ਕਰਿਆ ਕਰ, ਕਿਉਂਕਿ ਜੋ ਰੱਬ ਜੀ ਦੇ ਦਰਸ਼ਨ ਕਰਦੇ ਨੇ, ਰੱਬ ਜੀ ਦੀ ਸੰਗਤ ਵਿੱਚ ਰੋਜ਼ ਬੈਠਦੇ ਨੇ, ਉਹਨਾਂ ਦੇ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ। ਮਤਲਬ ਰੱਬ ਜੀ ਨੇ ਸਾਨੂੰ ਸਿੱਧਾ ਸਿੱਧਾ ਦੱਸਿਆ ਹੋਇਆ ਕਿ ਤੁਹਾਨੂੰ ਸਿਰਫ ਇੱਕ ਹੀ ਚੀਜ਼ ਕਰਨ ਦੀ ਲੋੜ ਹੈ। ਅਤੇ ਮੈਂ ਅਤੇ ਜਾਨ ਜੀ ਨੇ ਡਿਸਕਸ ਵੀ ਕਰ ਰਹੇ ਸੀਗੇ ਕਿ ਸਾਨੂੰ ਲੱਗਦਾ ਕਿ ਇਹ ਗੋਲ ਹੈ ਤਾਂ ਆਪਾਂ ਉਹਦੇ ਪ੍ਰਤੀ ਚੱਲਦੇ ਹਾਂ, ਤਾਂ ਸਾਨੂੰ ਲੱਗਦਾ ਕਿ ਯਾਰ ਇਹ ਦੂਰ ਭੱਜੀ ਜਾ ਰਿਹਾ ਸਾਡੇ ਤੋਂ, ਬਟ ਸਾਨੂੰ ਰੱਬ ਜੀ ਨੇ ਇੰਨੀ ਬਖਸ਼ਿਸ਼ ਕੀਤੀ ਹੈ ਨਾ, ਸੌਖਾ ਰਾਹ ਦੱਸਿਆ ਕਿ ਤੁਸੀਂ ਮੇਰੇ ਵੱਲ ਆਓ, ਬਾਕੀ ਚੀਜ਼ਾਂ ਤਾਂ ਕਿਵੇਂ ਹੁੰਦੀਆਂ ਰਹਿਣਗੀਆਂ ਤੁਹਾਡੇ ਜੀਵਨ 'ਚ ਤੁਹਾਨੂੰ ਆਈਡੀਆ ਵੀ ਨਹੀਂ ਹੋਏਗਾ, ਬਟ ਜੇ ਤੁਸੀਂ ਰੱਬ ਜੀ ਵੱਲ ਨਹੀਂ ਜਾਂਦੇ, ਉਹਨਾਂ ਦੀ ਸਿਫਤ ਸਲਾਹ ਨਹੀਂ ਕਰਦੇ ਹੋ, ਉਹਨਾਂ ਦੀ ਸੰਗਤ ਵਿੱਚ ਨਹੀਂ ਬਹਿੰਦੇ ਹੋ, ਉਹਨਾਂ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਨਹੀਂ ਕਰਦੇ ਹੋ, ਤਾਂ ਤੁਹਾਡੇ ਜਿਹੜੇ ਦੁਨਿਆਵੀ ਗੋਲਸ ਨੇ ਉਹ ਤੁਹਾਡੇ ਤੋਂ ਦੂਰ ਹੁੰਦੇ ਰਹਿੰਦੇ ਨੇ, ਅਤੇ ਤੁਹਾਡੀ ਲਾਈਫ 'ਚ ਟੈਨਸ਼ਨ ਬਣੀ ਰਹਿੰਦੀ ਹੈ। ਸੋ ਆਪਾਂ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਤਾਂ ਕੰਮ ਹੀ ਬਹੁਤ ਸੌਖਾ ਹੈ, ਅਸੀਂ ਰੱਬ ਜੀ ਦਾ ਨਾਮ ਜਪੀਏ, ਰੱਬ ਜੀ ਨੂੰ ਧਿਆਈਏ, ਅਤੇ ਰੱਬ ਜੀ ਸਾਡੇ ਜੀਵਨ ਦੇ ਸਾਰੇ ਓਬਸਟੈਕਲ, ਸਾਰੀਆਂ ਹਾਰਡਸ਼ਿਪਸ ਸਾਰਿਆਂ ਨੂੰ ਕੰਟਰੋਲ ਕਰ ਲੈਂਦੇ ਨੇ। ਸੋ ਇਹਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਵਲੌਗ ਨੂੰ ਐਂਡ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਇੱਦਾਂ ਹੀ ਸਾਡੇ ਨਾਲ ਬਣੇ ਰਹੋ, ਇਸ ਜਰਨੀ 'ਚ ਆਉਂਦੇ ਰਹੋ, ਕਿਉਂਕਿ ਹੁਣ ਅਸੀਂ ਰੈਗੂਲਰਲੀ ਆਉਂਦੇ ਰਹਾਂਗੇ, ਤੁਹਾਨੂੰ ਮਿਲਾਂਗੇ ਜੀ ਬਹੁਤ ਹੀ ਜਲਦ। ਟਿਲ ਦੈਨ ਟੇਕ ਕੇਅਰ ਆਫ ਯੋਰ ਸੈਲਫਸ ਜੀ, ਰੱਬ ਰਾਖਾ ਜੀ।